ਨਮਸਕਾਰ ਸਟੂਡੈਂਟਸ ਵੈਲਕਮ ਟੂ ਬਾਲਾਜੀ ਐਜੂਕੇਸ਼ਨ ਪੁਆਇੰਟ ਸਟੂਡੈਂਟ ਅੱਜ ਦੀ ਇਸ ਵੀਡੀਓ ਦੇ ਵਿੱਚ ਪੰਜਾਬ ਪੁਲਿਸ ਦੀ ਜਿਹੜੀ ਆਪਾਂ ਸੀਰੀਜ਼ ਸਟਾਰਟ ਕੀਤੀ ਸੀ ਉਹਨੂੰ ਕੰਟੀਨਿਊ ਕਰਾਂਗੇ ਅੱਜ ਆਪਣੀ ਪੰਜਵੀਂ ਕਲਾਸ ਹੈ ਪਹਿਲੀਆਂ ਚਾਰ ਕਲਾਸਿਸ ਦੇ ਵਿੱਚ ਬੱਚਿਆਂ ਨੂੰ ਕੁਐਸਚਨ ਬਹੁਤ ਵਧੀਆ ਲੱਗੇ ਠੀਕ ਹੈ ਜੀ ਤਾਂ ਅੱਗੇ ਵੀ ਇਹਨਾਂ ਵੀਡੀਓਜ਼ ਨੂੰ ਤੁਹਾਨੂੰ ਮਿਲਦੀਆਂ ਜਾਣਗੀਆਂ ਤੇ ਜਿਵੇਂ ਜਿਵੇਂ ਪੰਜਾਬ ਪੁਲਿਸ ਦੀਆਂ ਸ਼ਿਫਟਾਂ ਹੋ ਰਹੀਆਂ ਨੇ ਜਿਵੇਂ ਕਿ ਅੱਜ ਦੋ ਦਿਨ ਹੋ ਗਏ ਉਨ੍ਹਾਂ ਦੇ ਵਿੱਚ ਜਿਸ ਟੌਪਿਕ ਦੇ ਕੁਐਸਚਨ ਆ ਰਹੇ ਨੇ ਉਹ ਵੀ ਆਪਾਂ ਨਾਲ-ਨਾਲ ਕਵਰ ਕਰਦੇ ਚੱਲਾਂਗੇ ਠੀਕ ਹੈ ਜੀ ਉਸੇ ਤਰੀਕੇ ਦੇ ਕੁਐਸਚਨ ਜਿਵੇਂ ਕਿ ਪਤਾ ਲੱਗਿਆ ਸੀ ਕੈਲੰਡਰ ਚੋਂ ਕੁਐਸਚਨ ਆਇਆ ਵੀ ਇਹ ਚੋਂ ਕਿਹੜਾ ਸਾਲ ਲੀਪイヤー ਹੈ ਜਾਂ ਨਹੀਂ ਠੀਕ ਹੈ ਤਾਂ ਜਿਵੇਂ ਜਿਵੇਂ ਆਪਣੇ ਕੋਲੇ ਕੁਐਸਚਨ ਆਊਗਾ ਇੱਕ ਟਾਈਮ ਐਂਡ ਡਿਸਟੈਂਸ ਚੋਂ ਕੁਐਸਚਨ ਆਇਆ ਸੀ ਵੀ ਪੁਲਿਸ ਚੋਰ ਨੂੰ ਪਕੜ ਰਹੀ ਹੈ ਠੀਕ ਹੈ ਉਹ ਸਾਰੇ ਕੁਐਸਚਨ ਬੱਚੋ ਆਪਾਂ ਇਹਨਾਂ ਵੀਡੀਓਜ਼ ਦੇ ਵਿੱਚ ਕਵਰ ਕਰਦੇ ਚੱਲਾਂਗੇ ਤਾਂ ਇਹਨਾਂ ਵੀਡੀਓਜ਼ ਦੇ ਨਾਲ ਜੁੜੇ ਰਹਿਓ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਬਾਲਾ ਜੀ ਐਜੂਕੇਸ਼ਨ ਪੁਆਇੰਟ ਟੈਲੀਗ੍ਰam ਤੇ WhatsApp ਚੈਨਲ ਇੱਕੋ ਹੀ ਨਾਮ ਤੇ ਨੇ ਸਾਰੇ ਬਾਲਾਜੀ ਐਜੂਕੇਸ਼ਨ ਪੁਆਇੰਟ ਦੇ ਨਾਮ ਤੇ ਠੀਕ ਹੈ ਜੀ ਤਾਂ ਬੱਚੋ ਅੱਜ ਦੀ ਕਲਾਸ ਸ਼ੁਰੂ ਕਰਦੇ ਆ ਤੁਹਾਡੇ ਪ੍ਰੀਵੀਅਸ ਇਅਰ ਪੇਪਰ ਦਾ ਕੁਐਸਚਨ ਹੈ ਪੰਜਾਬ ਪੁਲਿਸ ਦਾ ਦੋ ਨੰਬਰਸ ਨੇ 25% ਅਤੇ 40% ਜ਼ਿਆਦਾ ਨੇ ਤੀਸਰੇ ਨੰਬਰ ਨਾਲੋਂ ਕਿਸੇ ਤੀਸਰੇ ਨੰਬਰ ਨਾਲੋਂ ਇੱਕ ਨੰਬਰ 25% ਜ਼ਿਆਦਾ ਅਤੇ ਦੂਸਰਾ ਨੰਬਰ 40% ਜ਼ਿਆਦਾ ਹੈ ਤਾਂ ਕਹਿੰਦਾ ਇਹਨਾਂ ਦੋਨਾਂ ਨੰਬਰਾਂ ਦੀ ਅਨੁਪਾਤ ਪਤਾ ਕਰੋ ਰੇਸ਼ਿਓ ਪਤਾ ਕਰੋ ਤਾਂ ਬੱਚੇ ਇਹਨੂੰ ਕਰਨ ਦਾ ਤਰੀਕਾ ਕੀ ਹੈ ਦੇਖੋ ਤਿੰਨ ਨੰਬਰ ਨੇ ABC ਤੀਸਰਾ ਨੰਬਰ 100 ਮੰਨ ਲਓ ਕਿਉਂਕਿ ਪਰਸੈਂਟੇਜ ਦੇ ਵਿੱਚ ਲੈ ਕੇ ਚੱਲੋਗੇ ਤੀਸਰਾ ਨੰਬਰ 100% ਹੁੰਦਾ ਸਟਾਰਟਿੰਗ ਵੈਲਿਊ ਪਹਿਲਾ ਨੰਬਰ 25% ਜ਼ਿਆਦਾ ਹੈ ਤਾਂ ਪਹਿਲਾ ਨੰਬਰ ਹੋ ਗਿਆ 125 100 'ਚ 25% ਜੋੜ ਦੋਗੇ 125 ਦੂਸਰਾ ਨੰਬਰ 40 ਜ਼ਿਆਦਾ ਹੈ ਤਾਂ ਬੱਚੋ ਸੋਚ 40% ਜੋੜ ਦੋਗੇ 140 ਤਾਂ ਪਹਿਲੇ ਦੋ ਨੰਬਰ ਪਤਾ ਲੱਗ ਗਏ ਆਪਾਂ ਨੇ ਇਹਨਾਂ ਦੀ ਰੇਸ਼ਿਓ ਪਤਾ ਕਰਨੀ ਹੈ ਰੇਸ਼ਿਓ ਪਤਾ ਕਰਨ ਲਈ ਇਹਨੂੰ 5 ਦੇ ਪਹਾੜੇ ਤੇ ਵੰਡ ਦਿਓ ਜੀ 5 ਦੇ ਪਹਾੜੇ ਤੇ ਵੰਡੋਂਗੇ ਬੱਚੋ 25 ਰੇਸ਼ੋ 28 ਤਾਂ ਤੁਹਾਡੇ ਕੋਲੇ ਇਸ ਦੀ ਕਟਿੰਗ ਕਰਕੇ ਕਿੰਨਾ ਆਨਸਰ ਆਜੂਗਾ 25 ਰੇਸ਼ੋ 28 ਤਾਂ ACG ਅੱਜ ਦੀ ਕਲਾਸ ਦਾ ਪਹਿਲਾ ਕੁਐਸਚਨ ਨੈਕਸਟ ਚੱਲਦੇ ਹਾਂ ਸੈਕਿੰਡ ਕੁਐਸਚਨ ਤੇ ਕਹਿੰਦਾ ਜੇ ਕਿਸੇ ਅੰਸ਼ ਦੀ ਗਿਣਤੀ ਵਿੱਚ 200% ਦਾ ਵਾਧਾ ਕੀਤਾ ਜਾਂਦਾ ਹੈ ਤੇ ਭਾਜਕ ਵਿੱਚ 160% ਦਾ ਵਾਧਾ ਕੀਤਾ ਜਾਂਦਾ ਹੈ ਤਾਂ ਨਤੀਜੇ ਵੱਜੋਂ ਅੰਸ਼ 7/13 ਹੁੰਦਾ ਹੈ ਮੂਲ ਅੰਸ਼ ਕੀ ਹੈ ਬੱਚੋ ਕੀ ਹੁੰਦਾ ਫ੍ਰੈਕਸ਼ਨ ਕੀ ਹੁੰਦੀ ਹੈ ਜੇ ਤੁਸੀਂ ਅੰਗਰੇਜ਼ੀ 'ਚ ਪੜੋਗੇ ਦੇਖੋ ਫ੍ਰੈਕਸ਼ਨ ਜਿਹੜੀ x ਵਟਾ y ਦੀ ਟਰਮ 'ਚ ਹੁੰਦੀ ਹੈ ਤੇ ਉੱਪਰ ਵਾਲੀ ਵੈਲਿਊ ਨੂੰ ਕਹਿੰਦੇ ਨੇ ਨਿਊਮਰੇਟਰ ਤੇ ਨੀਚੇ ਵਾਲੀ ਵੈਲਿਊ ਨੂੰ ਕਹਿੰਦੇ ਨੇ ਬੱਚਿਓ ਡਿਨੋਮੀਨੇਟਰ ਹੁਣ ਤੁਹਾਡੇ ਕੋਲੇ ਕੋਈ ਫ੍ਰੈਕਸ਼ਨ ਹੈ x ਵਟਾ y ਤਾਂ ਕੀ ਕਹਿ ਰਿਹਾ ਜੀ ਕਹਿੰਦਾ ਮੈਂ ਨੇ ਨਿਊਮਰੇਟਰ 200% ਵਧਾਤਾ ਤਾਂ ਬੱਚਿਓ 100% ਦਾ ਸਟਾਰਟਿੰਗ 'ਚ ਕੋਈ ਵੀ ਵੈਲਿਊ ਹੁੰਦੀ ਹੈ 200% ਮੈਨੇ ਇਨਕਰੀਜ਼ ਕਰਤੀ ਤਾਂ 100 ਦੇ ਵਿੱਚ ਮੈਂ 200 ਜੋੜ ਦੂੰਗਾ 300 ਐਕਸ ਹੋਗੀ ਅੱਗੇ ਕਹਿੰਦਾ ਮੈਨੇ ਡਿਨੋਮੀਨੇਟਰ 160% ਵਧਾਤਾ ਤਾਂ 100 ਤਾਂ ਹੁੰਦਾ ਹੀ ਐ 160 ਮੈਨੇ ਇਨਕਰੀਜ਼ ਕਰਤਾ 100 ਦੇ ਵਿੱਚ 160 ਜੋੜਤਾ ਤਾਂ 260 ਹੋ ਗਿਆ ਜੇ ਮੈਂ ਮੰਨ ਲਓ ਮੈਨੇ 40 ਘਟਾਇਆ ਹੁੰਦਾ ਤਾਂ ਮੈਂ 100 ਚੋਂ 40 ਘਟਾ ਕੇ ਕਿੰਨਾ ਲੈ ਲੈਂਦਾ 60 ਲੈ ਲੈਂਦਾ ਜੀ ਤਾਂ ਜੋੜਨ ਤੋਂ ਬਾਅਦ ਵੈਲਿਊ 7/13 ਦੇ ਬਰਾਬਰ ਹੋ ਜਾਂਦੀ ਹੈ ਤਾਂ ਬੱਚਿਓ ਇਸ ਨੂੰ ਕਿਵੇਂ ਕੈਲਕੂਲੇਟ ਕਰੋਗੇ 260 ਉੱਪਰ ਚਲ ਜੂਗਾ ਤੇ ਆਹ 300 ਹੈ ਜਿਹੜਾ ਇਹ ਡਿਵਾਈਡ ਚ ਚਲ ਜੂਗਾ ਤਾਂ x/y ਦੀ ਟਰਮ ਹੈ ਜਿਹੜੀ ਇਹ ਕਿੰਨੀ ਹੋ ਜੂਗੀ ਦੇਖੋ 7/13 ਤਾਂ ਇੱਧਰ ਹੈਗਾ ਹੀ ਹੈ 260 ਆਪਣੇ ਕੋਲੇ ਉੱਪਰ ਚਲਾ ਜਾਊਗਾ 260 ਉੱਪਰ ਚਲਾ ਗਿਆ ਤੇ ਜਿਹੜਾ 300 ਹੈ ਇਹ نیچے ਡਿਵਾਈਡ ਦੇ ਵਿੱਚ ਆ ਜਾਊਗਾ ਜੀ ਇਸ ਦੀ ਕੈਲਕੂਲੇਸ਼ਨ ਕਰ ਲੋ 0 ਨਾਲ 0 ਕਟਿੰਗ ਹੋ ਗਈ 13 ਦੇ ਟੇਬਲ ਤੇ 26 ਗਿਆ 2 ਤੇ ਦੋ ਨੂੰ 30 ਤੇ ਵੰਡ ਦੋ 15 ਤੇ ਗਿਆ ਤਾਂ ਤੁਹਾਡੇ ਕੋਲੇ ਇਸ ਕੁਸ਼ਣ ਦਾ ਆਨਸਰ ਕਿੰਨਾ ਆ ਗਿਆ ਦੇਖੋ 7/15 ਤਾਂ ਬੱਚੋ ਆਪਣੇ ਕੋਲੇ ਸੈਕਿੰਡ ਕੁਸ਼ਣ ਦਾ ਆਨਸਰ ਪਰਸੈਂਟੇਜ ਦਾ ਕੁਸ਼ਣ ਸੀ ਇਸ ਦਾ ਆਨਸਰ ਆਜੂਗਾ 7/15 ਚਲਿਏ ਜੀ ਨੈਕਸਟ ਕੁਸ਼ਣ ਦੇਖਦੇ ਆ ਐਵਰੇਜ ਦੇ ਵਿੱਚੋਂ ਕੁਸ਼ਣ ਹੈ ਕਹਿੰਦਾ 27 ਵਿਅਕਤੀਆਂ ਦੀ ਔਸਤ ਉਚਾਈ 162 ਸੈਂਟੀਮੀਟਰ ਦਰਜ ਕੀਤੀ ਗਈ ਸ਼੍ਰਿਆ ਦੀ ਉਚਾਈ ਨੂੰ ਨਿਰੀਖਣ ਤੋਂ ਹਟਾ ਦਿੱਤਾ ਜਾਵੇ ਜੇ ਸ਼੍ਰਿਆ ਦੀ ਉਚਾਈ ਆਪਾਂ ਹਟਾ ਦਈਏ ਸ਼੍ਰਿਆ ਦੀ ਹਾਈਟ ਹਟਾ ਦਈਏ ਤਾ ਔਸਤ ਉਚਾਈ 1 ਸੈਂਟੀਮੀਟਰ ਘਟ ਜਾਂਦੀ ਹੈ ਤਾਂ ਸ਼੍ਰੇਆ ਦੀ ਉਚਾਈ ਕੀ ਸੀ ਇਹਨੂੰ ਕਰਨ ਦੇ ਬੱਚੋ ਦੋ ਤਰੀਕੇ ਨੇ ਮੈਂ ਤੁਹਾਨੂੰ ਸ਼ਾਰਟਕਟ ਵੀ ਦੱਸ ਦਿੰਨਾ ਠੀਕ ਹੈ ਤੇ ਕਨਸੈਪਟ ਵੀ ਦੱਸ ਦਿੰਨਾ ਦੇਖੋ 27 ਬੰਦਿਆਂ ਦੀ ਐਵਰੇਜ ਹਾਈਟ 162 ਹੈ ਤਾਂ 27 ਨੂੰ 162 ਨਾਲ ਗੁਣਾ ਕਰ ਲਿਓ ਤੁਹਾਡੇ ਕੋਲ ਇੱਕ ਵੈਲਿਊ ਆ ਜਾਊਗੀ ਫਿਰ ਆਪਾਂ ਨੇ ਸ਼੍ਰੇਆ ਦੀ ਹਾਈਟ ਡਿਲੀਟ ਕਰਤੀ ਤਾਂ ਬੱਚੇ ਕਿੰਨੇ ਰਹਿ ਗਏ ਐਵਰੇਜ ਹਾਈਟ ਉਹ ਪਹਿਲਾਂ 27 ਬੰਦੇ ਸੀ ਸ਼੍ਰੇਆ ਦੀ ਹਾਈਟ ਘਟਾਤੀ ਤਾਂ 26 ਬੰਦੇ ਰਹਿ ਗਏ ਐਵਰੇਜ ਇੱਕ ਘਟ ਗਈ ਤਾਂ 26 ਨੂੰ 161 ਨਾਲ ਗੁਣਾ ਕਰ ਦਿਓ ਨਵੀਂ ਵੈਲਿਊ ਆ ਜੂਗੀ। ਇਹਨਾਂ ਦੋਹਾਂ ਨੂੰ ਆਪਸ ਵਿੱਚ ਮਾਈਨਸ ਕਰ ਦਿਓ ਤਾਂ ਬੱਚੋ ਸ਼੍ਰਿਆ ਦੀ ਹਾਈਟ ਆ ਜੂਗੀ। ਤੁਹਾਡੇ ਕੋਲ ਇਹ ਸ਼੍ਰਿਆ ਦੀ ਹਾਈਟ ਆ ਜੂਗੀ। ਠੀਕ ਹੈ ਜੀ। ਹੁਣ ਡਾਇਰੈਕਟ ਤੁਸੀਂ ਕਿਵੇਂ ਕਰ ਸਕਦੇ ਹੋ ਦੇਖੋ। ਐਵਰੇਜ ਹਾਈਟ 162 ਸੀ। ਐਵਰੇਜ ਹਾਈਟ 162 ਸੀ। ਮਤਲਬ ਸ਼੍ਰਿਆ ਦੀ ਹਾਈਟ 162 ਤਾਂ ਹੈਗੀ ਹੈਗੀ ਹੈ। ਬਟ ਸ਼੍ਰਿਆ ਦੇ ਜਾਨ ਨਾਲ 1 ਸੈਂਟੀਮੀਟਰ ਹਾਈਟ ਘਟ ਰਹੀ ਹੈ ਸ਼੍ਰਿਆ ਦੇ ਜਾਨ ਨਾਲ 1 ਸੈਂਟੀਮੀਟਰ ਹਾਈਟ ਘਟ ਰਹੀ ਹੈ ਇਹਦਾ ਕਹਿਣ ਦਾ ਭਾਵ ਕੀ ਹੈ ਸ਼੍ਰਿਆ ਦੀ ਜਿਹੜੀ ਹਾਈਟ ਹੈ ਉਹ 1 ਸੈਂਟੀਮੀਟਰ ਮਤਲਬ ਐਵਰੇਜ 1 ਸੈਂਟੀਮੀਟਰ ਜ਼ਿਆਦਾ ਸੀ ਬਾਕੀਆਂ ਨਾਲੋਂ ਜ਼ਿਆਦਾ ਸੀ ਜੇ ਬਾਕੀਆਂ ਨਾਲੋਂ ਜ਼ਿਆਦਾ ਸੀ ਤਾਂ ਬੱਚੋ ਦੇਖੋ ਪਹਿਲਾ 27 ਬੰਦੇ ਸੀ ਇੱਕ ਚਲਾ ਗਿਆ ਕਿੰਨੇ ਬੰਦੇ ਰਹਿ ਗਏ 26 ਬੱਚੇ ਰਹਿ ਗਏ ਤਾਂ 26 ਪਿੱਛੇ 1 ਘਟ ਰਹੀ ਹੈ ਤਾਂ 26 ਗੁਣਾ 1 ਕਿੰਨੀ ਹਾਈਟ ਵੱਧ ਗਈ 26 ਹਾਈਟ ਵਧ ਗਈ ਤਾਂ ਤੁਸੀਂ ਕੀ ਕਰੋਗੇ 162 ਦੇ ਵਿੱਚ ਆ 26 ਜੋੜ ਦੋ ਕਿੰਨਾ ਆਨਸਰ ਆਜੂਗਾ 188 ਸੈਂਟੀਮੀਟਰ ਮਤਲਬ ਸ਼੍ਰਿਆ ਦੀ ਹਾਈਟ ਕਿੰਨੀ ਹੋਗੀ 188 ਜੈਨੂੰ ਵੀ ਕੈਲਕੂਲੇਟ ਕਰੋਗੇ ਮਲਟੀਪਲਾਈ ਕਰਕੇ ਮਾਈਨਸ ਕਰੋਗੇ ਤਾਂ ਵੀ ਤੁਹਾਡੇ ਕੋਲੇ ਆਨਸਰ ਕਿੰਨਾ ਆਊਗਾ 188 ਸੈਂਟੀਮੀਟਰ ਤਾਂ ਐਵਰੇਜ ਹਾਈਟ 162 ਸੈਂਟੀਮੀਟਰ ਸੀ ਇੱਕ ਜਾਨਾ ਚਲਾ ਗਿਆ 26 ਜਾਨੇ ਰਹਿ ਗਏ 26 ਜਾਨਿਆਂ ਪਿੱਛੇ 1-1 ਸੈਂਟੀਮੀਟਰ ਦਾ ਫਰਕ ਪੈ ਰਿਹਾ ਤਾਂ 26 ਗੁਣਾ 1 ਕਰਤਾ 26 ਸੈਂਟੀਮੀਟਰ ਦਾ ਫਰਕ ਪੈ ਰਿਹਾ ਉਨੇ 26 ਸੈਂਟੀਮੀਟਰ ਹਾਈਟ ਸ਼੍ਰਿਆ ਦੀ ਜ਼ਿਆਦਾ ਹੋਗੀ ਕਿਉਂਕਿ ਉਹਦੇ ਜਾਨ ਨਾਲ ਹਾਈਟ ਘਟੀ ਹੈ ਬਾਕੀਆਂ ਦੀ ਹਾਈਟ ਘਟੀ ਹੈ ਮਤਲਬ ਸ਼੍ਰਿਆ ਦੀ ਹਾਈਟ ਜ਼ਿਆਦਾ ਸੀ ਤਾਂ 162 ਚ ਆਪਾਂ ਨੇ 26 ਜੋੜਤਾ ਤਾਂ ਬੱਚੋ ਕਿੰਨਾ ਆਨਸਰ ਆ ਗਿਆ 188 ਸੈਂਟੀਮੀਟਰ ਚਲਿਏ ਜੀ ਨੈਕਸਟ ਕੁਐਸਚਨ ਇੱਕ ਕੁਐਸਚਨ ਆਇਆ ਜੀ ਪੰਜਾਬ ਪੁਲਿਸ ਦੀ ਕੱਲ ਵਾਲੀ ਸ਼ਿਫਟ ਦੇ ਵਿੱਚ ਇਹਦੇ ਨਾਲ ਦਾ ਸਟੇਟਮੈਂਟ ਚੇਂਜ ਹੋ ਸਕਦੀ ਹੈ ਬਟ ਇਹਦੇ ਨਾਲ ਦਾ ਕੁਐਸਚਨ ਆਇਆ ਤਾ ਕਹਿੰਦਾ ਇਹਨਾਂ ਦੇ ਵਿੱਚੋਂ ਕਿਹੜਾ ਲੀਪイヤー ਨਹੀਂ ਹੈਗਾ ਜਾਂ ਪੁੱਛੂਗਾ ਇਹਨਾਂ ਦੇ ਵਿੱਚੋਂ ਕਿਹੜਾ ਸਾਲ ਹੈ ਜਿਹੜਾ ਲੀਪイヤー ਹੈ ਕੈਲੰਡਰ ਚੋਂ ਕੁਐਸਚਨ ਆਇਆ ਜੀ ਤਾਂ ਬੱਚੋ ਜੇ ਤੁਸੀਂ ਕੈਲੰਡਰ ਟਾਪਿਕ ਨਹੀਂ ਕੀਤਾ ਤਾਂ ਦੇਖੋ ਵੈਸੇ YouTube ਤੇ ਵੀਡੀਓ ਵੀ ਪਈ ਹੈ ਮੇਰੀ ਠੀਕ ਹੈ ਉਸ ਨੂੰ ਤੁਸੀਂ ਦੇਖ ਸਕਦੇ ਹੋ ਚੈਨਲ ਦੇ ਉੱਤੇ ਬਟ ਇਹ ਕੁਐਸਚਨ ਨੂੰ ਹੁਣ ਕਿਵੇਂ ਕਰਨਾ ਤੁਹਾਨੂੰ ਮੈਂ ਪੂਰਾ ਕਨਸੈਪਟ ਦੱਸ ਦਿੰਨਾ ਨਾਰਮਲイヤー ਤੇ ਲੀਪイヤー ਦੋイヤー ਹੁੰਦੇ ਨੇ ਨਾਰਮਲ ਤੇ ਲੀਪイヤー ਤਾਂ ਤੁਸੀਂ ਕਿਵੇਂ ਪਤਾ ਕਰ ਸਕਦੇ ਹੋ ਕੋਈ ਵੀ ਸਾਲ ਜਿਹੜਾ ਦਿੱਤਾ ਹੋਇਆ ᱜੀਵਨ ਈਅਰ ਕੋਈ ਵੀ ਸਾਲ ਜਿਹੜਾ ਦਿੱਤਾ ਹੋਇਆ ਉਹਨੂੰ ਤੁਸੀਂ ਡਿਵਾਈਡ ਕਰਕੇ ਦੇਖਣਾ 4 ਤੇ ਡਿਵਾਈਡ ਬਾਈ 4 ਜੇ ਇਹ ਸਾਲ ਜੇ ਕੋਈ ਵੀ ਸਾਲ ਜਿਹੜਾ ਦਿੱਤਾ ਹੋਇਆ ਜੇ 4 ਤੇ ਵੰਡਿਆ ਜਾਂਦਾ ਤਾਂ ਉਹ ਸਾਲ ਲੀਪ ਈਅਰ ਹੋਊਗਾ ਉਹ ਸਾਲ ਬੱਚੋ ਕੀ ਹੋਊਗਾ ਲੀਪ ਈਅਰ ਇਫ ਨੋਟ ਡਿਵਾਈਡ ਜੇ ਡਿਵਾਈਡ ਨਹੀਂ ਹੁੰਦਾ ਇਫ ਨੋਟ ਡਿਵਾਈਡ ਬਾਈ 4 ਜੇ ਉਹ ਸਾਲ 4 ਦੇ ਪਹਾੜੇ ਤੇ ਨਹੀਂ ਵੰਡਿਆ ਜਾਂਦਾ ਬੱਚੋ ਉਹ ਸਾਲ ਕੀ ਗਿਨਿਆ ਜਾਊਗਾ ਨੋਰਮਲイヤー ਠੀਕ ਹੈ ਤਾਂ ਲੀਪイヤー ਨੋਰਮਲイヤー ਚੈੱਕ ਕਰਨ ਦਾ ਤਰੀਕਾ ਕੀ ਹੈ ਕੋਈ ਵੀ ਸਾਲ ਜਿਹੜਾ ਦਿੱਤਾ ਹੋਇਆ ਉਹਨੂੰ 4 ਦੇ ਪਹਾੜੇ ਤੇ ਵੰਡ ਕੇ ਦੇਖੋ ਜੇ 4 ਦੇ ਪਹਾੜੇ ਤੇ ਵੰਡਿਆ ਗਿਆ ਕਿਉਂਕਿ ਲੀਪイヤー 4 ਸਾਲ ਬਾਅਦ ਆਂਦਾ ਹੈ 4 ਦੇ ਪਹਾੜੇ ਤੇ ਵੰਡਿਆ ਗਿਆ ਤਾਂ ਲੀਪイヤー ਹੈ ਨਹੀਂ ਕੀ ਇਹ ਉਹ ਨੋਰਮਲイヤー ਹੈ ਬਟ ਇਨ ਕੇਸ ਆਫ ਸੈਂਚਰੀ ਇਨ ਕੇਸ ਆਫ ਸੈਂਚਰੀ ਸੈਂਚਰੀ ਬੱਚੋ ਸੈਂਚਰੀ ਦਾ ਮਤਲਬ 100 ਜੀ ਦੇ ਪਿੱਛੇ 100 ਲੱਗਦਾ ਹੋਵੇ 100 200 500 ਠੀਕ ਹੈ 1100 1200 ਇਹ ਜਾ ਰੀਆਂ ਸੈਂਚਰੀਜ਼ ਨੇ ਸੈਂਚਰੀ ਦੇ ਕੇਸ 'ਚ ਤੁਸੀਂ ਡਿਵਾਈਡ ਕਰਕੇ ਦੇਖਣਾ ਹੈ ਜਿਹੜਾ ਵੀ ਈਅਰ ਦਿੱਤਾ ਹੋਇਆ ਹੈ ਉਹਨੂੰ ਤੁਸੀਂ ਡਿਵਾਈਡ ਕਰਕੇ ਦੇਖਣਾ ਹੈ 400 ਨਾਲ ਡਿਵਾਈਡ ਬਾਈ 400 ਜੇ 400 ਤੇ ਵੰਡਿਆ ਜਾ ਰਿਹਾ ਤਾਂ ਉਹ ਲੀਪੀਅਰ ਹੈ ਤਾਂ ਲੀਪੀਅਰ ਸੈਂਚਰੀ ਹੈ ਨਹੀਂ kia ਹੋ ਨੋਰਮਲ ਈਅਰ ਤਾਂ ਬੱਚੋ ਲੀਪイヤー ਨੋਰਮਲイヤー ਚੈੱਕ ਕਰਨ ਦਾ ਤਰੀਕਾ ਕੀ ਹੁੰਦਾ ਹੈ ਜਿਹੜਾ ਸਾਲ ਦਿੱਤਾ ਹੋਇਆ ਉਹਨੂੰ 4 ਦੇ ਪਹਾੜੇ ਤੇ ਵੰਡ ਕੇ ਦੇਖੋ ਜੇ 4 ਦੇ ਪਹਾੜੇ ਤੇ ਉਹ ਵੰਡਿਆ ਗਿਆ ਜੇ 4 ਦੇ ਪਹਾੜੇ ਤੇ ਵੰਡਿਆ ਗਿਆ ਤਾਂ ਲੀਪイヤー ਹੈ ਜੇ 4 ਦੇ ਪਹਾੜੇ ਤੇ ਨਹੀਂ ਵੰਡਿਆ ਜਾ ਰਿਹਾ ਤਾਂ ਉਹ ਨੋਰਮਲイヤー ਹੈ ਪਰੰਤੂ ਸੈਂਚਰੀ ਦੇ ਕੇਸ 'ਚ ਤੁਸੀਂ ਕਿਵੇਂ ਦੇਖਣਾ ਹੈ ਸੈਂਚਰੀ ਦੇ ਕੇਸ 'ਚ ਉਸਨੂੰ 400 ਦੇ ਪਹਾੜੇ ਤੇ ਵੰਡ ਕੇ ਦੇਖਣਾ ਹੈ ਜੇ 400 ਤੇ ਉਹ ਸੈਂਚਰੀ ਵੰਡੀ ਜਾਊਗੀ ਜਿਵੇਂ 1200 ਹੈ 1200 400 ਦੇ ਪਹਾੜੇ ਤੇ ਵੰਡੀ ਜਾਊਗੀ ਲਿਪੀਅਰ ਹੈ 1400 ਲੋਂਗੇ 1400 400 ਦੇ ਪਹਾੜੇ ਤੇ ਨਹੀਂ ਵੰਡੀ ਜਾਂਦੀ ਤਾਂ ਉਹ ਨੋਰਮਲ ਈਅਰ ਹੈ ਤਾਂ ਸੈਂਚੁਰੀ ਨੂੰ 400 ਦੇ ਪਹਾੜੇ ਤੇ ਵੰਡ ਕੇ ਦੇਖਣਾ ਤਾਂ ਇਸ ਕੁਐਸਚਨ ਦੇ ਵਿੱਚ ਦੇਖੋ ਪਿੱਛੇ ਸਾਰਿਆਂ ਦੇ 100 100 ਬਣ ਰਿਹਾ ਹੈ 100 100 ਬਣ ਰਿਹਾ ਹੈ ਤਾਂ ਕੀ ਬਣੂਗਾ 1600 400 ਦੇ ਪਹਾੜੇ ਤੇ ਵੰਡੀ ਜਾਂਦੀ ਹੈ ਤਾਂ ਲਿਪੀਅਰ 2400 ਦੇ ਪਹਾੜੇ ਤੇ ਵੰਡਿਆ ਜਾਂਦਾ ਤਾਂ ਇਹ ਵੀ ਲਿਪੀਅਰ ਹੈ 1200 ਵੀ ਵੰਡਿਆ ਜਾਂਦਾ ਪਰੰਤੂ ਕੀ ਨਹੀਂ ਵੰਡਿਆ ਜਾਂਦਾ ਬੱਚੋ 1900 ਨਹੀਂ ਵੰਡਿਆ ਜਾਂਦਾ ਤਾਂ ਕਿਹੜਾ ਲੀਪイヤー ਨਹੀਂ ਹੈਗਾ ਤੁਹਾਡੇ ਕੋਲੇ ਆਨਸਰ ਆ ਗਿਆ 1900 ਇਹ ਕੁਸ਼ਣ ਮੈਂ ਤੁਹਾਨੂੰ ਕਰਨ ਨੂੰ ਦੇ ਰਿਹਾ ਤੁਸੀਂ ਦੱਸਿਓ 1806 1815 1820 1817 ਇੰਨਾ ਚਾਰਾਂ ਦੇ ਵਿੱਚੋਂ ਕਿਹੜਾ ਸਾਲ ਹੈ ਜਿਹੜਾ ਲੀਪイヤー ਹੈ ਆਪਾਂ ਨੇ ਦੱਸਣਾ ਬੱਚੋ ਇੰਨਾ ਚਾਰਾਂ ਦੇ ਵਿੱਚੋਂ ਕਿਹੜਾ ਸਾਲ ਲੀਪイヤー ਹੈ ਤਾਂ ਇਸ ਕੁਐਸਚਨ ਦਾ ਆਨਸਰ ਤੁਸੀਂ ਕਮੈਂਟ ਕਰਕੇ ਦੱਸੋਗੇ ਕੀ ਆਊਗਾ ਜੀ ਇਹ ਕੁਐਸਚਨ ਆਇਆ ਸੀ ਪਹਿਲੀ ਸ਼ਿਫਟ ਦੇ ਵਿੱਚ ਜਿਵੇਂ ਜਿਵੇਂ ਆਪਾਂ ਨੂੰ ਕੋਈ ਕੁਐਸਚਨ ਨਵਾਂ ਮਿਲਦਾ ਜਾਊਗਾ ਮੈਂ ਇੰਨਾ ਕਲਾਸਿਸ ਦੇ ਵਿੱਚ ਕਵਰ ਕਰਦਾ ਚੱਲਾਂਗਾ ਚਲੋ ਜੀ ਬਸ ਤੁਸੀਂ ਜੁੜੇ ਰਹੋ ਇੰਨਾ ਕਲਾਸਿਸ ਨੂੰ ਜ਼ਰੂਰ ਕਵਰ ਕਰਦੇ ਚੱਲੋ ਜੀ ਨੈਕਸਟ ਕੁਐਸਚਨ ਹੈ ਜੀ ਕਹਿੰਦਾ ਮੋਟਰੀਸ ਟਰੈਵਲ ਟੂ ਅ ਪਲੇਸ 150 ਕਿਲੋਮੀਟਰ ਅਵੇ at an average speed of 50 km per hour and returns at 30 km per hour kenda koi banda 50 km prati ghante di speed te 150 km gaya ate 30 km prati ghante di speed te 150 km wapis aaya o di average speed pata karo ta dekho gaya jande hoyi di speed kinni si bachcho 50 km prati ghanta te wapis aande hoyi di speed kinni si 30 km prati ghanta ਐਵਰੇਜ ਸਪੀਡ ਪਤਾ ਕਰਨੀ ਹੈ ਜਦੋਂ ਦੂਰੀ ਸੇਮ ਹੋਵੇ ਜਦੋਂ ਡਿਸਟੈਂਸ ਸੇਮ ਹੋਵੇ ਤਾਂ ਕਿਵੇਂ ਕਰਦੇ ਹੁੰਦੇ ਨੇ ਇਹਦਾ ਫਾਰਮੂਲਾ ਹੈ ਜੀ ਜਦੋਂ ਦੂਰੀ ਸੇਮ ਹੋਵੇ ਤਾਂ ਬੱਚੋ ਇਹਦਾ ਫਾਰਮੂਲਾ ਹੁੰਦਾ 2xy (x+y) ਤਾਂ ਦੇਖੋ ਇਹਨੂੰ ਕਿਵੇਂ ਲਗਾਉਗੇ 2 50 30 (50+30) ਦਾ ਜੋੜ ਕਰ ਦੋ 80 ਇਹਦੀ ਕੈਲਕੂਲੇਸ਼ਨ ਕਰ ਲਓ ਜੀ 0 ਨਾਲ 0 ਗਿਆ 2 ਦੇ ਪਹਾੜੇ ਤੇ 8 ਨੂੰ ਵੰਡ ਦੋ 4 ਤੇ ਗਿਆ 2 ਤੇ ਵੰਡ ਦੋ 25 2 ਤੇ ਇਹ ਬਣ ਗਿਆ 75/2 75/2 ਦਾ ਮਤਲਬ ਕਿੰਨਾ ਆ ਗਿਆ ਜੀ 37 ਕਿਲੋਮੀਟਰ ਪ੍ਰਾ ਤਾਂ ਐਵਰੇਜ ਸਪੀਡ ਬੱਚੋ ਕਿੰਨੀ ਆ ਗਈ 37.5 ਕਿਲੋਮੀਟਰ ਪ੍ਰਾ ਤਾਂ ਇਸ ਤਰੀਕੇ ਨਾਲ ਆਪਾਂ ਐਵਰੇਜ ਸਪੀਡ ਫਾਈਂਡ ਕਰ ਸਕਦੇ ਹਾਂ ਚਲੋ ਜੀ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਬੱਚੋ ਇਹਦੇ ਨਾਲ ਦਾ ਕੁਐਸਚਨ ਲਾਸਟ ਈਅਰ ਵੀ ਆਇਆ ਸੀ ਪ੍ਰਤੀਕ ਸੋਲਡ ਅ ਮਿਊਜ਼ਿਕ ਸਿਸਟਮ ਟੂ ਕਾਰਤਿਕ ਐਟ 20% ਗੇਨ ਐਂਡ ਕਾਰਤਿਕ ਸੋਲਡ ਇਟ ਟੂ ਸੁਆਸਤਿਕ ਐਟ 40% ਗੇਨ ਸੁਆਸਤਿਕ ਨੇ ਪੇ ਕੀਤਾ 10500 ਫਾਰ ਦਾ ਮਿਊਜ਼ਿਕ ਸਿਸਟਮ ਤਾਂ ਪ੍ਰਤੀਕ ਕਿੰਨਾ ਪੇ ਕੀਤਾ ਪ੍ਰਤੀਕ ਨੇ ਕਿੰਨਾ ਪੇ ਕੀਤਾ ਤਾਂ ਇਹਨੂੰ ਕਰਨ ਦਾ ਤਰੀਕਾ ਕੀ ਹੈ ਜੀ ਸਭ ਤੋਂ ਪਹਿਲਾਂ ਚੀਜ਼ ਪ੍ਰਤੀਕ ਕੋਲੇ ਸੀ ਤਾਂ ਪ੍ਰਤੀਕ ਕੋਲੇ ਚੀਜ਼ ਸੀ 100% ਤੇ ਪ੍ਰਤੀਕ ਨੇ ਕਿਸ ਨੂੰ ਵੇਚੀ ਕਾਰਤਿਕ ਨੂੰ ਵੇਚੀ 20% ਪ੍ਰੋਫਿਟ ਤੇ ਗੇਨ ਦਾ ਮਤਲਬ ਪ੍ਰੋਫਿਟ ਹੁੰਦਾ ਤਾਂ 100 ਦਾ 20% ਕੱਢੋਗੇ 20 ਆਜੂਗਾ 120% ਤੇ ਬੇਚਤੀ ਤਾਂ ਪ੍ਰਤੀਕ ਨੇ ਕਾਰਤਿਕ ਨੂੰ ਚੀਜ਼ ਬੇਚਤੀ 120% ਤੇ ਅੱਗੇ ਕਾਰਤਿਕ ਨੇ ਸਵਾਸਤਿਕ ਨੂੰ ਵੇਚੀ 40% ਗੇਨ ਤੇ ਤਾਂ ਬੱਚੋ ਕੀ ਕਰੋ 120 ਦਾ 40% ਕੱਢ ਲਓ 120 ਦਾ 40% 12 ਚੋ 48 ਹੁੰਦਾ 120 ਚ 48 ਜੋੜ ਦੋ 168% ਤੇ ਬੇਚਤੀ ਹੁਣ ਕਹਿੰਦਾ ਸਵਾਸਤਿਕ ਨੇ ਪੇ ਕੀਤਾ 10500 ਮਤਲਬ 168 168% ਦੀ ਵੈਲਿਊ ਦਿੱਤੀ ਜੀ ਆਪਣੇ ਕੋਲੇ 10500 ਤਾਂ ਬੱਚੋ ਕੀ ਕਰੋ 1% ਦੀ ਵੈਲਿਊ ਕੱਢ ਲਓ 10500 ਵਟਾ 168 ਆਪਾਂ ਨੇ ਕਿਹਦੀ ਵੈਲਿਊ ਕੱਢਣੀ ਹੈ ਪ੍ਰਤੀਕ ਦੀ ਮਤਲਬ 100% ਦੀ ਵੈਲਿਊ ਪਤਾ ਕਰਨੀ ਹੈ ਤਾਂ 10500 divide by 168 multiply by 100 ਇਸ ਨੂੰ ਕੈਲਕੂਲੇਟ ਕਰ ਲਿਓ ਜੀ ਕੈਲਕੂਲੇਟ ਕਰਕੇ ਤੁਹਾਡੇ ਕੋਲੇ ਬੱਚੋ ਆਨਸਰ ਆ ਜਾਊਗਾ ਇਸ ਦੀ ਤੁਸੀਂ ਕੈਲਕੂਲੇਸ਼ਨ ਕਰੋਗੇ ਤੁਹਾਡੇ ਕੋਲੇ ਆਨਸਰ ਆ ਜਾਊਗਾ 10500 ਨੂੰ 168 ਨਾਲ ਡਿਵਾਈਡ ਕਰ ਦਿਓ ਇਹ ਤੁਹਾਡੇ ਕੋਲੇ ਕਟਿੰਗ ਕਰਕੇ ਆ ਜਾਊਗਾ 6200 ਪਰ ਇਹਦੀ ਕੈਲਕੂਲੇਟ ਕਰਕੇ ਆਨਸਰ ਆ ਜਾਊਗਾ ਬੱਚੋ 6250 ਚਲਿਏ ਨੈਕਸਟ ਕੁਸ਼ਚਨ ਦੇ ਚੱਲਦੇ ਆਂ ਨੈਕਸਟ ਕੁਐਸਚਨ ਕਹਿੰਦਾ ਪ੍ਰੋਫਿਟ ਆਨਡ ਆਫਟਰ ਸੈਲਿੰਗ ਐਨ ਆਰਟੀਕਲ 1516 ਇਸ ਸੇਮ ਐਜ਼ ਲਾਸ ਇਨਕਰਡ ਆਫਟਰ ਸੈਲਿੰਗ ਦਾ ਆਰਟੀਕਲ ਫॉर 1112 ਕਹਿੰਦਾ ਜੀ 1516 ਦੀ ਬੇਚ ਕੇ ਮੈਨੂੰ ਜਿੰਨਾ ਲਾਭ ਹੋਇਆ 1112 ਦਾ ਬੇਚ ਕੇ ਮੈਨੂੰ ਉਨਾ ਹੀ ਨੁਕਸਾਨ ਹੋ ਗਿਆ ਸੀਪੀ ਪਤਾ ਕਰੋ ਕੋਸਟ ਪ੍ਰਾਈਸ ਪਤਾ ਕਰੋ ਤਾਂ ਇਸ ਕੁਐਸਚਨ ਨੂੰ ਕਰਨ ਦਾ ਤਰੀਕਾ ਕੀ ਹੈ ਬਾਇ ਆਪਸ਼ਨ ਕਰ ਲਓ ਠੀਕ ਹੈ ਜੀ ਬਾਇ ਆਪਸ਼ਨ ਕਰ ਲਓ ਬਾਈ অপਸ਼ਨ ਬੜੇ ਆਰਾਮ ਨਾਲ ਹੋ ਜੂਗਾ ਜਾਂ ਫਿਰ ਕੀ ਹੈ 1516 ਦਾ ਵੇਚ ਕੇ ਮੈਨੂੰ ਜਿੰਨਾ ਲਾਭ ਹੋ ਰਿਹਾ ਹੈ 1112 ਦਾ ਵੇਚ ਕੇ ਮੈਨੂੰ ਉਨਾ ਹੀ ਨੁਕਸਾਨ ਹੋ ਰਿਹਾ ਤਾਂ ਮਤਲਬ ਜਿਹੜੀ ਮੇਰੀ ਕੋਸਟ ਪ੍ਰਾਈਸ ਆਊਗੀ ਉਹ 1516 ਅਤੇ 1112 ਦੇ ਵਿਚਕਾਰ ਦੀ ਹੋਊਗੀ 1516 ਤੇ 1112 ਦੇ ਵਿਚਕਾਰ ਦੀ ਹੋਊਗੀ ਤਾਂ ਮੈਂ ਕੀ ਕਰੂੰਗਾ 1516 ਤੇ ਵਿਚਕਾਰ ਦੀ ਵੈਲਿਊ ਪਤਾ ਕਰਨੀ ਹੈ ਇਹਨਾਂ ਦੋਹਾਂ ਦਾ ਜੋੜ ਕਰਕੇ ਦੋ ਨਾਲ ਵੰਡ ਦੋ ਇਹਨਾਂ ਦੋਹਾਂ ਦਾ ਜੋੜ ਕਰਕੇ ਬੱਚੋ ਕਿੰਨੇ ਨਾਲ ਵੰਡ ਦੋ ਡੋਨਾਲਡਾ ਦੇਖੋ ਜੋੜ ਕਰੋ 8 2 6 2 ਇਹਨੂੰ 2 ਨਾਲ ਵੰਡੋਂਗੇ ਤੁਹਾਡੇ ਕੋਲੇ 1314 ਆ ਗਿਆ ਜੀ ਤਾਂ ਮਤਲਬ 1314 ਰੁਪਏ ਦੀ ਮੇਰੀ ਕੋਸਟ ਪ੍ਰਾਈਸ ਆ ਗਈ 1314 ਵਾਲੀ ਚੀਜ਼ ਜੇ ਮੈਂ 1516 ਦੀ ਬੇਚ ਕੇ ਮੈਨੂੰ ਜਿੰਨਾ ਪ੍ਰੋਫਿਟ ਹੋਊਗਾ 1112 ਰੁਪਏ ਦੀ ਬੇਚ ਕੇ ਮੈਨੂੰ ਉਨਾ ਹੀ ਕੀ ਹੋਊਗਾ ਨੁਕਸਾਨ ਹੋਊਗਾ ਜੀ ਚਲੋ ਨੈਕਸਟ ਕੁਐਸਚਨ ਕਹਿੰਦਾ ਜੀ ਸਿੰਪਲ ਇੰਟਰਸ ਦਾ ਕੁਐਸਚਨ ਹੈ ਸਦਾਰਨ ਵਿਆਜ ਦੀ ਕਿੰਨੀ ਪ੍ਰਤੀਸ਼ਤ ਦੀ ਦਰ ਨਾਲ ਇੱਕ ਰਕਮ 12 ਸਾਲਾਂ ਵਿੱਚ ਆਪਣੇ ਆਪ ਦੀ ਚਾਰ ਗੁਣਾ ਹੋ ਜਾਂਦੀ ਹੈ ਕਹਿੰਦਾ ਜੀ 12 ਸਾਲਾਂ ਚ ਆਪਣੇ ਆਪ ਦਾ ਚਾਰ ਗੁਣਾ ਹੋ ਰਹੀ ਹੈ ਤਾਂ ਦੇਖੋ ਇਹਨੂੰ ਕੁਸ਼ਣ ਨੂੰ ਕਰਨ ਦਾ ਤਰੀਕਾ ਕੀ ਹੈ ਮੰਨ ਲਓ ਤੁਸੀਂ 100 ਰੁਪਿਆ ਜਮ੍ਹਾਂ ਕਰਾਇਆ ਤਾਂ ਪੈਸਾ ਚਾਰ ਗੁਣਾ ਹੋ ਗਿਆ ਪੈਸਾ ਚਾਰ ਗੁਣਾ ਹੋ ਗਿਆ ਮਤਲਬ ਅਮਾਉਂਟ 400 ਹੋ ਗਈ ਤਾਂ ਬੱਚੋ ਵਿਆਜ ਕਿੰਨੇ ਰੁਪਏ ਦਾ ਹੋਇਆ 400 ਚੋਂ 100 ਰੁਪਿਆ ਘਟਾ ਦਿਓ ਵਿਆਜ ਹੋਇਆ 300 ਰੁਪਏ ਦਾ ਟਾਈਮ ਦਿੱਤਾ 12 ਸਾਲ ਆਪਾਂ ਨੇ ਰੇਟ ਫਾਈਂਡ ਕਰਨਾ ਜੀ ਰੇਟ ਫਾਈਂਡ ਕਰਨਾ ਤਾਂ ਫਾਰਮੂਲਾ ਕੀ ਹੁੰਦਾ I P R T 100 ਆ ਫਾਰਮੂਲਾ ਲਗਾ ਦਿਓ 300 ਪ੍ਰਿੰਸੀਪਲ ਕਿੰਨੀ ਆਪਣੇ ਕੋਲੇ 100 ਗੁਣਾ ਰੇਟ ਪਤਾ ਕਰਨਾ ਹੈ ਟਾਈਮ ਕਿੰਨਾ ਬੱਚੋ 12 100 ਤਾਂ ਦੇਖੋ 100 ਨਾਲ 100 ਕੱਟ ਜੂਗਾ ਆ 12 ਉਧਰ ਆ ਕੇ ਡਿਵਾਈਡ ਹੋ ਜਾਊਗਾ R ਕਿੰਨਾ ਆ ਜਾਊਗਾ ਆਪਣੇ ਕੋਲੇ 300 12 3 ਦੇ ਪਹਾੜ ਤੇ ਵੰਡ ਦੋ ਜੀ 100 ਇਹਨੂੰ ਵੰਡ ਦਿਓ 25% ਤੁਹਾਡੇ ਕੋਲੇ ਆਨਸਰ ਆ ਜਾਊਗਾ ਜੀ 25% ਦਾ ਬੱਚੋ ਆਪਣੇ ਕੋਲੇ ਆਨਸਰ ਆ ਜਾਊਗਾ অপਸ਼ਨ ਹੋ ਸਕਦਾ ਮਿਸਟੇਕ ਹੋਵੇ ਤਾਂ ਉਹਦੇ 25% ਕਰ ਲਿਓ ਜੀ 25% ਠੀਕ ਹੈ ਜੀ ਚਲਿਏ ਨੈਕਸਟ ਕੁਐਸਚਨ ਅੱਗੇ ਕਹਿੰਦਾ ਜੀ 4000 ਰੁਪਇਆ ਮੈਨੇ ਦੋ ਭਾਗਾਂ ਦੇ ਵਿੱਚ ਵੰਡਤਾ ਦੇਖੋ ਜੇ ਉਹਦੇ ਲਿਖ ਦੇਣਾ 2 ਇਕੁਅਲ ਪਾਰਟਸ 2 ਇਕੁਇਲ ਪਾਰਟਸ ਦਾ ਮਤਲਬ ਹੁੰਦਾ ਦੋਹਾਂ ਨੂੰ 2-2000 ਰੁਪਇਆ ਦੇਤਾ 4000 ਦਾ ਅੱਧ ਕਰ ਦੋ ਦੋਹਾਂ ਨੂੰ ਆਪਾਂ ਨੇ 2-2000 ਰੁਪਇਆ ਦੇਤਾ ਜੀ ਬਟ ਉਹਨੇ ਇਕੁਇਲ ਪਾਰਟਸ ਨਹੀਂ ਕਿਹਾ ਤਾਂ ਇਹਨੂੰ ਕਿਵੇਂ ਕਰੋਗੇ 4000 ਰੁਪਇਆ ਮੰਨ ਲਓ ਪਹਿਲੇ ਖਾਤੇ 'ਚ ਮੈਨੇ x ਰੁਪਇਆ ਜਮਾ ਕਰਾਇਆ ਤਾਂ ਦੂਜੇ ਖਾਤੇ 'ਚ ਕਿੰਨਾ ਰੁਪਇਆ ਜਮਾ ਕਰਵਾਉਂਗਾ 4000 x ਰੇਟ ਆਫ ਇੰਟਰਸਟ ਪਹਿਲੇ ਦਾ 3% ਹੈ ਦੂਜੇ ਦਾ ਰੇਟ ਆਫ ਇੰਟਰਸਟ ਕਿੰਨਾ 5% ਟਾਈਮ ਦੇਖੋ 1 ਇਅਰ ਟਾਈਮ ਦਿੱਤਾ ਹੋਇਆ 1 ਇਅਰ ਤਾਂ 1 ਸਾਲ ਇੱਧਰ ਲੈ ਲੈਣਾ ਟਾਈਮ 1 ਸਾਲ ਇੱਧਰ ਲੈ ਲੈਣਾ ਟੋਟਲ ਵਿਆਜ ਸਮ ਆਫ ਸਿੰਪਲ ਇੰਟਰਸਟ ਇਜ਼ 144 ਕਹਿੰਦਾ ਟੋਟਲ ਵਿਆਜ ਹੋਇਆ 144 ਰੁਪਏ ਦਾ ਮਤਲਬ ਜਿੰਨਾ ਵਿਆਜ ਇੱਧਰੋਂ ਮਿਲੇਗਾ ਪਲੱਸ ਜਿੰਨਾ ਵਿਆਜ ਇੱਧਰੋਂ ਮਿਲੇਗਾ ਇਹਨਾਂ ਦੋਹਾਂ ਦਾ ਜੋੜ ਦਿੱਤਾ ਬੱਚੋ 144 ਤਾਂ ਇਹਨੂੰ ਕਿਵੇਂ ਕਰੋਗੇ ਆਈ ਦਾ ਫਾਰਮੂਲਾ ਲਗਾ ਦਿਓ ਪੀ ਗੁਣਾ ਆਰ ਗੁਣਾ ਟੀ ਵਟਾ 100 ਐਂ ਇਧਰ 4000 x 5 1 100 ਹੈ 144 ਦੇ ਬਸ ਇਸ ਤੋਂ ਬਾਅਦ ਤਾਂ ਕੈਲਕੂਲੇਸ਼ਨ ਹੈ ਜੀ 100 100 ਦਾ ਲਘੁਤਮ ਆ ਜਾਊਗਾ 100 ਇਹਨੂੰ ਮਲਟੀਪਲਾਈ ਕਰ ਲਓ 3x 5 ਨੂੰ 4 ਨਾਲ ਗੁਣਾ ਕਰ ਲਓ 20000 5 x ਕਰ ਲਓ 5x 144 ਆਹ 100 ਇਧਰ ਆ ਕੇ ਗੁਣਾ ਹੋ ਜਾਊਗਾ ਤਾਂ 14400 ਬਣ ਜਾਊਗਾ 3x 'ਚੋਂ 5x ਘਟਾ ਦੋਗੇ -2x ਤੇ ਇਧਰੋਂ 14400 ਦੇ ਵਿੱਚੋਂ अब 20000 ਇਧਰ ਆਕੇ ਮਾਈਨਸ ਦਾ ਹੋ ਜਾਊਗਾ ਤਾਂ ਬੱਚੋ ਮਾਈਨਸ 2x ਆ ਗਿਆ ਤੁਹਾਡੇ ਕੋਲੇ ਮਾਈਨਸ 5600 ਮਾਈਨਸ ਮਾਈਨਸ ਖਤਮ ਹੋ ਗਿਆ x ਦੀ ਵੈਲਿਊ ਆ ਗਈ 2800 x ਆ ਗਿਆ ਬੱਚੋ ਤੁਹਾਡੇ ਕੋਲੇ 2800 ਮਤਲਬ ਪਹਿਲੇ ਖਾਤੇ ਦੇ ਵਿੱਚ ਮੈਂਨੇ 2800 ਇਨਵੈਸਟ ਕੀਤਾ ਤੇ ਦੂਸਰੇ ਖਾਤੇ ਚ 4000 ਚੋਂ 2800 ਘਟਾ ਦੂੰਗਾ 1200 ਇਨਵੈਸਟ ਕੀਤਾ ਤਾਂ ਤੁਹਾਡੇ ਕੋਲੇ ਆਨਸਰ ਆ ਜਾਊਗਾ ਮਤਲਬ ਇੱਥੇ ਇੱਕੋ ਹੀ ਸ਼ੇਅਰ ਦਿੱਤਾ ਹੋਇਆ 1200 ਵੈਸੀ ਆਨਸਰ ਆ ਜਾਊਗਾ 2800 ਤੇ 1200 ਕਿਉਂਕਿ ਨੇ ਈਚ ਸ਼ੇਅਰ ਪੁੱਛਿਆ ਸੀ ਤਾਂ ਦੋਨੋਂ ਆਪਸ਼ਨਾਂ ਦੇ ਵਿੱਚ ਹੋਣਗੇ ਔਰ ਇੱਕ ਗਲਤ ਪਿਆ ਹੋਇਆ 2800 ਤੇ 1200 ਆਪਣੇ ਕੋਲੇ ਆਨਸਰ ਆ ਜੂਗਾ 1200 ਤੇ ਦੂਸਰਾ ਆ ਗਿਆ ਬੱਚੋ 2800 ਚਲਿਏ ਜੀ ਨੈਕਸਟ ਨੰਬਰ ਸੀਰੀਜ਼ ਦਾ ਕੁਐਸਚਨ ਹੈ ਜੀ 15 20 27 38 55 ਤਾਂ ਦੇਖੋ ਸੀਰੀਜ਼ ਵੱਧ ਰਹੀ ਹੈ ਪਹਿਲਾ ਉਹਰੇ ਗੈਪ 5 ਦਾ ਜੁੜਿਆ ਜੀ 15 ਤੇ 5 20 ਹੁੰਦਾ ਅੱਗੇ ਬੱਚੋ 7 ਜੁੜਿਆ 20 ਤੇ 7 ਕਿੰਨਾ ਹੁੰਦਾ 27 ਅੱਗੇ ਆਪਣੇ ਕੋਲੇ 11 ਜੁੜਿਆ ਫਿਰ ਆਪਣੇ ਕੋਲੇ ਜੀ 13 ਜੁੜਿਆ 5 7 11 13 ਇਹ ਸਾਰੇ ਬੱਚੋ ਜੇ ਤੁਸੀਂ ਧਿਆਨ ਨਾਲ ਦੇਖੋਗੇ ਇਹ ਹੈਗੇ ਨੇ ਪ੍ਰਾਈਮ ਨੰਬਰਸ ਪ੍ਰਾਈਮ ਨੰਬਰਸ ਹੁੰਦੀਆਂ ਨੇ ਅਪਾਜ ਸੰਖਿਆਵਾਂ ਜਿਹੜੀਆਂ ਕਿਸੇ ਹੋਰ ਦੇ ਪਹਾੜੇ ਤੇ ਨਹੀਂ ਵੰਡੀਆਂ ਜਾਂਦੀਆਂ ਤਾਂ ਅੱਗੇ ਕਿੰਨਾ ਜੁੜ ਜੂਗਾ 17 ਜੁੜ ਜੂਗਾ ਜੀ 17 ਜੁੜ ਜੂਗਾ 51 ਚ 17 ਜੋੜ ਦੋ ਤੁਹਾਡੇ ਕੋਲੇ ਅਨਸਰ ਕਿੰਨਾ ਆ ਜੂਗਾ 68 ਤਾਂ ਬੱਚੋ ਅਨਸਰ ਕਿੰਨਾ ਆ ਗਿਆ 68 ਨੈਕਸਟ ਲਾਸਟ ਕੁਐਸਚਨ ਹੈ ਜੀ ਅੱਜ ਦੀ ਕਲਾਸ ਦਾ ਕਹਿੰਦਾ ਕਿਸੇ ਚੋਰ ਨੇ ਕਾਰ ਚੋਰੀ ਕੀਤੀ 3 ਵਜੇ ਅਤੇ ਭੱਜਣਾ ਸ਼ੁਰੂ ਕਰਤਾ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਕਿਵੇਂ ਕਰਨਾ ਹੁੰਦਾ ਦੇਖੋ ਮੰਨ ਲਓ ਕਿਸੇ ਜਗ੍ਹਾ ਤੋਂ ਕਾਰ ਚੋਰੀ ਕੀਤੀ ਚੋਰ ਨੇ 3 ਵਜੇ ਪੱਜਨਾ ਸ਼ੁਰੂ ਕਰਤਾ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਪੁਲਿਸ ਨੂੰ ਚੋਰੀ ਦਾ ਪਤਾ ਲੱਗਿਆ ਇਹ ਤਾਂ ਚੋਰ ਦੀ ਕਹਾਣੀ ਹੈ ਪੁਲਿਸ ਨੂੰ ਚੋਰੀ ਦਾ ਪਤਾ ਲੱਗਿਆ 3:30 ਵਜੇ ਤੇ ਪੁਲਿਸ ਨੇ ਇਹਦਾ ਪਿੱਛਾ ਕਰਨਾ ਸ਼ੁਰੂ ਕਰਤਾ ਜੀ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤਾਂ ਪੁਲਿਸ ਚੋਰ ਨੂੰ ਕਿੰਨੇ ਵਜੇ ਫੜ ਲੂਗੀ ਹੁਣ ਇਹਨੂੰ ਕਰਨ ਦਾ ਤਰੀਕਾ ਕੀ ਹੈ ਬੱਚੋ ਸਭ ਤੋਂ ਪਹਿਲਾਂ ਇਹ ਜਿਹੜਾ ਤੁਹਾਡਾ ਟਾਈਮ ਹੈ ਇਹ ਬਰਾਬਰ ਹੋਣਾ ਚਾਹੀਦਾ ਇਟ ਟਾਈਮ ਬਰਾਬਰ ਹੋਣਾ ਚਾਹੀਦਾ ਤਾਂ ਮਤਲਬ 3 ਤੋਂ 3:30 ਵਜੇ ਤੱਕ 3 ਤੋਂ 3:30 ਵਜੇ ਤੱਕ ਚੋਰ ਕੱਲਾ ਭੱਜੂਗਾ ਹਾਂ ਜਾਂ ਨਾ ਚੋਰ ਨੇ 3 ਵਜੇ ਭੱਜਣਾ ਸ਼ੁਰੂ ਕੀਤਾ ਪੁਲਿਸ ਨੇ 3:30 ਵਜੇ ਮਤਲਬ 3 ਤੋਂ 3:30 ਵਜੇ ਤੱਕ ਪੁਲੀ ਅ ਚੋਰ ਐ ਕੱਲਾ ਭੱਜਿਆ 3 ਤੋਂ 3:30 ਵਜੇ ਤੱਕ ਜਿਹੜਾ ਟਾਈਮ ਐ ਉਹ ਅੱਧਾ ਘੰਟਾ ਹੋ ਗਿਆ ਟਾਈਮ ਹੋ ਗਿਆ ਅੱਧਾ ਘੰਟਾ ਤੇ ਚੋਰ ਦੀ ਸਪੀਡ ਕਿੰਨੀ ਐ 60 ਕਿਲੋਮੀਟਰ ਪ੍ਰਤੀ ਘੰਟਾ ਆ ਬੱਚੋ ਡਿਸਟੈਂਸ ਪਤਾ ਕਰ ਲੋ ਡਿਸਟੈਂਸ ਦਾ ਫਾਰਮੂਲਾ ਹੁੰਦਾ ਹੈ ਸਪੀਡ ਗੁਣਾ ਟਾਈਮ ਤਾਂ 60 ਨੂੰ 1/2 ਨਾਲ ਤੁਸੀਂ ਗੁਣਾ ਕਰੋਗੇ ਇਹ ਤੁਹਾਡੇ ਕੋਲੇ ਆ ਜਾਊਗਾ ਜੀ 30 ਕਿਲੋਮੀਟਰ ਤਾਂ ਡਿਸਟੈਂਸ ਆ ਗਿਆ 30 ਕਿਲੋਮੀਟਰ ਮਤਲਬ ਚੋਰ ਹੈ ਜਿਹੜਾ 30 ਕਿਲੋਮੀਟਰ ਅੱਗੇ ਤੱਕ ਡਿਸਟੈਂਸ ਕਵਰ ਕਰ ਚੁੱਕਿਆ ਉਹ ਤੋਂ ਬਾਅਦ ਪੁਲਿਸ ਨੇ ਚੋਰ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਹੁਣ ਕਿਵੇਂ ਕਰੋਗੇ ਮਤਲਬ ਪੁਲਿਸ ਨੂੰ ਕਿੰਨਾ ਡਿਸਟੈਂਸ ਐਕਸਟਰਾ ਕਵਰ ਕਰਨਾ ਪਊਗਾ 30 ਕਿਲੋਮੀਟਰ ਇਸ ਸਪੀਡ ਜਿਹੜੀ ਉਹ ਕਿਵੇਂ ਲਓਗੇ ਬੱਚਿਓ ਜਦੋਂ ਆਪਾਂ ਦੋਨੋਂ ਬੰਦੇ ਇੱਕੋ ਹੀ ਸੇਮ ਦਿਸ਼ਾ 'ਚ ਭੱਜਦੇ ਆਂ ਇੱਕੋ ਹੀ ਸੇਮ ਡਾਇਰੈਕਸ਼ਨ 'ਚ ਭੱਜਦੇ ਆਂ ਤਾਂ ਜਿਹੜੀ ਸਪੀਡ ਹੈ ਰਿਲੇਟਿਵ ਸਪੀਡ ਹੈ ਉਹ ਮਾਈਨਸ ਹੁੰਦੀ ਹੁੰਦੀ ਹੈ ਸਪੀਡ ਕੀ ਹੁੰਦੀ ਹੁੰਦੀ ਹੈ ਬੱਚਿਓ ਮਾਈਨਸ ਰਿਲੇਟਿਵ ਸਪੀਡ ਕੀ ਹੋਊਗੀ ਮਾਈਨਸ ਤਾਂ ਜਿਹੜੀ ਸਪੀਡ ਹੈ ਤੁਸੀਂ ਕਿੰਨੀ ਲੈ ਕੇ ਚੱਲੋਗੇ ਜੋ ਪੁਲਿਸ ਦੀ ਸਪੀਡ 'ਚੋਂ ਚੋਰ ਦੀ ਸਪੀਡ ਮਾਈਨਸ ਕਰ ਦੋ 80 'ਚੋਂ 60 ਮਾਈਨਸ ਕਰ ਦੋਗੇ ਸਪੀਡ ਲੈ ਕੇ ਚੱਲੋਗੇ 20 ਕਿਲੋਮੀਟਰ ਪ੍ਰਤੀ ਕੰਟਾ ਤਾਂ ਕਿੰਨਾ ਟਾਈਮ ਦੇ ਵਿੱਚ ਫੜ ਲੂਗਾ ਡਿਸਟੈਂਸ ਵਟਾ ਸਪੀਡ ਟਾਈਮ ਦਾ ਫਾਰਮੂਲਾ ਹੁੰਦਾ ਡਿਸਟੈਂਸ ਨੂੰ ਸਪੀਡ ਨਾਲ ਡਿਵਾਈਡ ਕਰ ਦੋ 3 ਨੂੰ 20 ਨਾਲ ਵੰਡ ਦੋਗੇ 3/2 ਦਾ ਮਤਲਬ ਡੇਢ ਘੰਟਾ ਆ ਗਿਆ ਜੀ 3/2 ਦਾ ਮਤਲਬ ਕਿੰਨਾ ਹੋ ਜੂਗਾ ਬੱਚੋ 1.5 ਆ ਡੇਢ ਘੰਟਾ ਤਾਂ ਸਾਢੇ 3 ਵਜੇ ਦੇ ਵਿੱਚ ਵਿੱਚ ਸਾਢੇ 3 ਵਜੇ ਦੇ ਵਿੱਚ ਡੇਢ ਘੰਟਾ ਜੋੜ ਦੋ ਸਾਢੇ 3 'ਚ ਡੇਢ ਘੰਟਾ ਜੋੜ ਦੋਗੇ ਤਾਂ 5 ਵਜੇ ਸ਼ਾਮ ਦਾ ਟਾਈਮ ਹੈ ਤਾਂ ਸ਼ਾਮ ਦਾ ਟਾਈਮ ਹੈ ਜੀ ਸੋਰੀ ਸ਼ਾਮ ਦਾ ਟਾਈਮ ਹੈ ਤਾਂ ਸ਼ਾਮ ਦੇ 5 ਵਜੇ ਪੁਲਿਸ ਚੋਰ ਨੂੰ ਪਕੜ ਲੂਗੀ ਤਾਂ ਤੁਹਾਡੇ ਕੋਲੇ ਆਨਸਰ ਆਜੂਗਾ ਜੀ ਸ਼ਾਮ ਦੇ 5 ਵਜੇ ਸਾਢੇ 3 ਵਜੇ ਦੇ ਵਿੱਚ ਬੱਚੋ ਡੇਢ ਘੰਟਾ ਜੋੜ ਦਾਂਗੇ ਸ਼ਾਮ ਦੇ 5 ਵਜੇ ਪੁਲਿਸ ਚੋਰ ਨੂੰ ਪਕੜ ਲੂਗੀ ਇਸ ਤਰੀਕੇ ਦਾ ਕੁਐਸਚਨ ਪੰਜਾਬ ਪੁਲਿਸ ਦੀ ਪਹਿਲੀ ਸ਼ਿਫਟ ਦੇ ਵਿੱਚ ਪਾਇਆ ਗਿਆ ਤਾਂ ਬੱਚੋ ਆਸੀ ਅੱਜ ਦੀ ਕਲਾਸ ਦੇ ਕੁਐਸਚਨ ਜਿਵੇਂ ਜਿਵੇਂ ਨਵੀਂ ਅਪਡੇਟ ਮਿਲਦੀ ਜਾਊਗੀ ਕੋਈ ਨਵਾਂ ਕੁਐਸਚਨ ਮਿਲਦਾ ਜਾਊਗਾ ਤਾਂ ਤੁਹਾਨੂੰ ਕਲਾਸ ਦੇ ਵਿੱਚ ਕਵਰ ਕਰਵਾਂਦੇ ਜਾਵਾਂਗੇ ਤਾਂ ਜੁੜਦੇ ਰਹੀਓ ਵੀਡੀਓਜ਼ ਨੂੰ ਦੇਖਦੇ ਰਹੀਓ ਜਦੋਂ ਤੱਕ ਤੁਹਾਡਾ ਪੇਪਰ ਨਹੀਂ ਹੁੰਦਾ ਚਲੋ ਜੀ ਥੈਂਕ ਯੂ ਸੋ ਮਚ